ਮੈਂ ਪਹਿਲਾਂ ਕਹਿੰਦਾ ਸੀ ਮੈਂ ਕਿਹਾ ਐਮਐਲਏ ਸਾਹਿਬ ਨੇ ਵੇਖ ਕੇ ਆ ਜਾਣਾ ਮੈਨੂੰ ਲੱਗਦਾ, ਮੈਂ ਤਾਂ ਉੱਤੇ ਮੇਰਾ ਉਹ ਧਿਆਨ ਪਿਆ ਸੀ। ਠੀਕ ਹੈ ਠੀਕ ਹੈ। ਦਿਨ 'ਚ ਚਾਰ ਬੰਦੇ ਨੇ, ਦੋ ਸਵੇਰੇ ਦੋ ਸ਼ਾਮ, ਫਿਰ ਇੱਕ ਨੂੰ ਸਵੇਰਾ ਵੀ ਚਾ ਜਾਂਦਾ ਇੱਕ ਸ਼ਾਮ ਵਾਲੇ। ਪੰਜਾਬੀਆਂ ਦੀ ਸ਼ਾਨ ਪੰਜਾਬ ਦਾ ਪੁੱਤ ਭਗਵੰਤ ਮਾਨ ਲਿਆਏ ਹਨ ਆਪ ਦੀ ਸਰਕਾਰ ਆਪ ਦੇ ਦੁਆਰ 'ਤੇ। ਅੱਜ ਪਿੰਡ ਭਲੂਰ ਆਪਣੇ ਪਿੰਡ ਅੱਜ ਲੱਗ ਰਿਹਾ ਜੀ ਕੈਂਪ, ਆਪਣੀ ਸਰਕਾਰ 'ਤੇ ਆਪਣੇ ਦੁਆਰ ਪਹੁੰਚੀ ਆ ਅਤੇ ਸਾਰੇ ਮਹਿਕਮੇ ਪਹੁੰਚੇ ਨੇ ਇੱਧਰ, ਪੈਨਸ਼ਨ ਸਕੀਮ ਜਿੰਨੀਆਂ ਵੀ ਪੈਨਸ਼ਨਾਂ ਦੇ ਉਹ ਸਾਰੇ ਆਪਣੇ ਮੁਲਾਜ਼ਮ ਆਏ ਹੋਏ ਨੇ, ਦਾਖਲਾ ਮੁਹਿੰਮ ਸਰਕਾਰੀ ਸਕੂਲ ਦੇ ਟੀਚਰ ਵੀ ਇੱਥੇ ਪਹੁੰਚੇ ਨੇ ਬੱਚਿਆਂ ਦੇ ਸਮੇਤ, ਅਤੇ ਸਾਰੇ ਅਲੱਗ ਅਲੱਗ ਮਹਿਕਮੇ ਦੇ ਅਲੱਗ ਅਲੱਗ ਮੁਲਾਜ਼ਮ ਬੈਠੇ ਨੇ। ਜਲ ਸਪਲਾਈ ਸੈਨੀਟੇਸ਼ਨ ਵਿਭਾਗ ਪੰਜਾਬ ਬਲਾਕ ਬਾਘਾ ਪੁਰਾਣਾ ਇਹ ਵੀ ਸਾਰੇ ਮੁਲਾਜ਼ਮ ਇੱਥੇ ਬੈਠੇ ਨੇ, ਆਪਣੀ ਸੇਵਾ ਦੇ ਵਿੱਚ ਹਾਜ਼ਰ ਨੇ ਅੱਜ ਆਪਣੇ ਪਿੰਡ ਭਲੂਰ। ਇਹ ਅੱਗੇ ਆ ਜਾਂਦਾ ਜੀ ਆਪਣੇ ਪੇਂਡੂ ਵਿਕਾਸ ਅਤੇ ਪੰਚਾਇਤ ਵਿਭਾਗ, ਅਤੇ ਇਸ ਤੋਂ ਅੱਗੇ ਅੱਗੇ ਬੈਠੇ ਨੇ ਸਰਪੰਚ ਸਾਹਿਬ, ਅਤੇ ਆਪਣੇ ਨਾਲ ਹੀ ਬੈਠੇ ਨੇ ਪਟਵਾਰੀ ਸਾਹਿਬ, ਅਤੇ ਇੱਧਰ ਅਗਲੇ ਪਾਸੇ ਵੀ ਮੁਲਾਜ਼ਮ ਬੈਠੇ ਨੇ ਸਾਰੇ ਮਾਲ ਵਿਭਾਗ ਬਾਘਾ ਪੁਰਾਣਾ, ਅਤੇ ਸਾਰੇ ਹੀ ਮੁਲਾਜ਼ਮ ਇੱਥੇ ਬੈਠੇ ਨੇ। ਸਾਰੇ ਕੰਮ ਆਪਣੇ ਅੱਜ ਪਿੰਡ ਦੇ ਵਿੱਚ ਹੀ ਹੋਣਗੇ, ਅਤੇ ਪਿੰਡ ਦੇ ਵੀ ਬਹੁਤ ਜ਼ਿਆਦਾ ਪਿੰਡ ਵਾਸੀ ਪਹੁੰਚੇ ਨੇ ਜਿਨ੍ਹਾਂ ਨੇ ਵੀ ਆਪਣੇ ਕੰਮ ਕਰਵਾਉਣੇ ਨੇ, ਆ ਤੁਸੀਂ ਦੇਖ ਸਕਦੇ ਹੋ ਸਾਰੇ ਕੁਰਸੀਆਂ 'ਤੇ ਬੈਠੇ ਨੇ, ਅਤੇ ਬਸ ਸ਼ੁਰੂ ਹੋਣ ਵਾਲਾ ਹੀ ਆ। ਸਾਰੇ ਜਿਵੇਂ ਜਿਵੇਂ ਜਿਹਦਾ ਕੰਮ ਹੋਊਗਾ ਉਹ ਸਾਰੇ ਕੰਮ ਇੱਥੇ ਅੱਜ ਕਰਵਾਏ ਜਾਣਗੇ। ਬਾਕੀ MLA ਸਾਹਿਬ ਵੀ ਪਹੁੰਚ ਰਹੇ ਨੇ, ਥੋੜ੍ਹੇ ਟਾਈਮ 'ਚ MLA ਸਾਹਿਬ ਵੀ ਪਹੁੰਚਣਗੇ, ਅਤੇ ਬਹੁਤ ਵਧੀਆ ਉਪਰਾਲਾ ਹੈ। ਜਿਨ੍ਹਾਂ ਨੂੰ ਵੀ ਕੋਈ ਪ੍ਰੋਬਲਮ ਆ ਜਾਂ ਕੋਈ ਡਾਕੂਮੈਂਟ ਦਾ ਜਾਂ ਆਧਾਰ ਕਾਰਡ ਦਾ, ਜਨਮ ਸਰਟੀਫਿਕੇਟ, ਮੌਤ ਸਰਟੀਫਿਕੇਟ, ਮੈਰਿਜ ਸਰਟੀਫਿਕੇਟ ਜਾਂ ਜਿੱਦਾਂ ਦਾ ਵੀ ਕੋਈ ਸਰਟੀਫਿਕੇਟ ਆ ਉਹ ਸਾਰੇ ਅੱਜ ਇੱਥੇ ਹੀ ਬਣਨਗੇ। ਲਓ ਜੀ ਕੰਮ ਸਟਾਰਟ ਹੋ ਗਿਆ, ਇੱਧਰ ਹੈਗਾ ਸੁਵਿਧਾ ਕੇਂਦਰ ਦਾ ਆਪਣਾ ਕੰਮ, ਸੇਵਾ ਕੇਂਦਰ ਦਾ, ਅਤੇ ਸਾਰੇ ਮੁਲਾਜ਼ਮ ਆਪਣਾ ਕੰਮ ਕਰ ਰਹੇ ਨੇ, ਅਤੇ ਪਿੰਡ ਵਾਸੀ ਆਪਣੀਆਂ ਮੁਸ਼ਕਲਾਂ ਦੱਸ ਰਹੇ ਨੇ। ਕੋਈ ਵੀ ਮੁਸ਼ਕਲ ਆ ਰਹੀ ਹੈ, ਕੋਈ ਸਰਟੀਫਿਕੇਟ ਦੀ ਮੁਸ਼ਕਲ ਆ ਰਹੀ ਹੈ, ਆਧਾਰ ਕਾਰਡ ਦੀ ਆ ਰਹੀ ਹੈ ਜਾਂ ਪੈਨ ਕਾਰਡ ਦੀ ਆ ਰਹੀ ਹੈ, ਕਿਸੇ ਨੂੰ ਲਿੰਕ ਕਰਾਉਣਾ ਜਾਂ ਅਪਡੇਟ ਕਰਾਉਣਾ ਆਧਾਰ ਕਾਰਡ ਨੂੰ, ਅਤੇ ਰਾਸ਼ਨ ਕਾਰਡ ਨਵੇਂ ਅਪਲਾਈ ਨਹੀਂ ਹੋ ਰਹੇ, ਜਿਨ੍ਹਾਂ ਦੇ ਰਾਸ਼ਨ ਕਾਰਡ ਕੱਟੇ ਗਏ ਸੀ ਉਹਨਾਂ ਦੇ ਦੁਆਰਾ ਇੱਥੇ ਅੱਜ ਰਾਸ਼ਨ ਕਾਰਡ ਵੀ ਚਲਾਏ ਜਾਣਗੇ। ਅਤੇ ਵਧੀਆ ਉਪਰਾਲਾ ਵੀਰਾਂ ਦਾ, ਅਤੇ ਜਿਹੜੇ ਵਰਕਰ ਆਮ ਆਦਮੀ ਪਾਰਟੀ ਦੇ ਉਹ ਵੀ ਵਧੀਆ ਕੰਮ ਕਰ ਰਹੇ ਨੇ ਸਾਰੇ ਵੀਰ। ਹਾਈ ਸਕੂਲ ਦੇ ਮੈਮ ਵੀ ਇੱਥੇ ਪਹੁੰਚੇ ਨੇ, ਜਿਹੜੀ ਕਿ ਦਾਖਲਾ ਮੁਹਿੰਮ ਚੱਲ ਰਹੀ ਹੈ ਪੰਜਾਬ ਸਰਕਾਰ ਵੱਲੋਂ, ਉਹਨਾਂ ਵਾਸਤੇ ਇੱਥੇ ਜਾਗਰੂਕ ਮਾਪਿਆਂ ਨੂੰ ਕਰ ਰਹੇ ਨੇ ਕਿ ਸਰਕਾਰੀ ਸਕੂਲ ਦੇ ਵਿੱਚ ਵੱਧ ਤੋਂ ਵੱਧ ਦਾਖਲੇ ਕਰਵਾਏ ਜਾਣ, ਅਤੇ ਸਾਡੇ ਆ ਜਿਹੜੇ ਵੀਰ ਵਰਕਰ ਨੇ ਆਮ ਆਦਮੀ ਪਾਰਟੀ ਦੇ ਸਾਰੇ ਪਿੰਡ ਵਾਸੀਆਂ ਨੂੰ ਦੱਸ ਰਹੇ ਨੇ ਵੀ ਕਿੱਦਾਂ ਕੰਮ ਕਰਾਉਣਾ, ਕਿੱਥੇ ਕਰਾਉਣਾ, ਅਤੇ ਬਹੁਤ ਵਧੀਆ ਵੀਰ ਬਈ ਵਰਕਰ ਕੰਮ ਕਰ ਰਹੇ ਨੇ। ਸਾਰੇ ਵਰਕਰ ਵੀਰਾਂ ਦਾ ਧੰਨਵਾਦ, ਅਤੇ ਪੰਜਾਬ ਸਰਕਾਰ ਦਾ ਧੰਨਵਾਦ, ਭਗਵੰਤ ਮਾਨ ਸਰਕਾਰ ਦਾ ਬਹੁਤ ਬਹੁਤ ਧੰਨਵਾਦ, ਸਾਡੇ MLA ਸਾਹਿਬ ਦਾ ਵੀ ਬਹੁਤ ਬਹੁਤ ਧੰਨਵਾਦ, ਅਤੇ ਜਿਨ੍ਹਾਂ ਨੇ ਚਲੋ ਮਾਨ ਸਰਕਾਰ ਦੇ ਬਹੁਤ ਵਧੀਆ ਉਪਰਾਲਾ, ਅਤੇ ਜਿਹੜਾ ਕਿ ਹਰ ਪਿੰਡ ਦੇ ਵਿੱਚ ਇਹ ਕੈਂਪ ਚੱਲ ਰਹੇ ਨੇ ਆਮ ਆਦਮੀ ਪਾਰਟੀ ਦੇ, ਅਤੇ ਜਿਹੜੇ ਵੀ ਕੰਮ ਜਿਹੜੇ ਕੋਈ ਨਹੀਂ ਜਾ ਸਕਦੇ ਤਹਿਸੀਲ 'ਚ, ਅਤੇ ਆਪਣੇ ਪਿੰਡ 'ਚ ਹੀ ਉਹ ਕੰਮ ਹੋਇਆ ਕਰਨਗੇ।
ਹਾਂ ਹਾਂ ਕਰਾਲਾ ਕਰਾਲਾ ਸੈੱਟ ਸੈੱਟ ਕਰਾਉਣ ਵਾਸਤੇ ਤਾਂ ਮਾਨ ਸਰਕਾਰ ਨੇ ਉਪਰਾਲਾ ਕੀਤਾ ਅਤੇ ਆਪਣੇ ਵੀ ਵਰਕਰ ਵੀ ਆਮ ਆਦਮੀ ਪਾਰਟੀ ਦੇ ਪੂਰਾ ਸਹਿਯੋਗ ਕਰ ਰਹੇ ਨੇ ਅਤੇ ਸਾਰਿਆਂ ਨੂੰ ਪੁੱਛ ਦੱਸ ਕੇ ਸਾਰਿਆਂ ਦੇ ਕੰਮ ਕਰਵਾ ਰਹੇ ਨੇ ਅਤੇ ਮਾਨ ਸਰਕਾਰ ਦਾ ਵੀ ਪੂਰਾ ਸਹਿਯੋਗ ਆ ਬਈ ਜਿਨ੍ਹਾਂ ਨੇ ਵਧੀਆ ਕਾਰਜ ਚਲਾਇਆ ਅਤੇ ਬਹੁਤ ਵਧੀਆ ਬਈ ਸਾਰੇ ਕੰਮ ਕਰ ਰਹੇ ਨੇ ਸਾਰਿਆਂ ਦੀ ਗੁੱਡ ਜੋਬ ਆ ਅਤੇ ਭਲੂਰ ਵਾਸੀ ਅੱਜ ਵਧੀਆ ਆਪਦੇ ਕੰਮ ਕਰਵਾ ਰਹੇ ਨੇ ਜਿਨ੍ਹਾਂ ਦੇ ਵੀ ਕੋਈ ਪੈਨਸ਼ਨ 'ਚ ਰੁਕਾਵਟ ਆ ਕੋਈ ਆਧਾਰ ਕਾਰਡ 'ਚ ਆ ਜਾਂ ਕੋਈ ਰਾਸ਼ਨ ਕਾਰਡ ਕੱਟਿਆ ਗਿਆ ਕਿਸੇ ਵੀ ਤਰ੍ਹਾਂ ਦੀ ਪ੍ਰੋਬਲਮ ਅੱਜ ਸਾਰੀਆਂ ਇੱਥੇ ਹੀ ਸੋਲਵ ਹੋਣਗੀਆਂ ਅਤੇ ਬਹੁਤ ਜ਼ਿਆਦਾ ਪਿੰਡ ਵਾਸੀ ਪਹੁੰਚੇ ਨੇ ਅਤੇ ਵਧੀਆ ਉਪਰਾਲਾ ਬਈ ਮਾਨ ਸਰਕਾਰ ਦਾ। ਤੁਸੀਂ ਆਏ ਸੀ ਇੱਥੇ ਤੇ ਕੰਮ ਆਪਣਾ ਹੋਇਆ ਕਿ ਨਹੀਂ ਹੋਇਆ? ਬਾਈ ਬਹੁਤ ਵਧੀਆ ਕੰਮ ਹੋਇਆ ਬਾਈ, ਭਗਵੰਤ ਮਾਨ ਦੀ ਸਰਕਾਰ ਤੇ ਬਹੁਤ ਵਧੀਆ ਕੰਮ। ਵਧੀਆ ਲੱਗਾ ਤੈਨੂੰ ਵੀ ਐ ਸਰਕਾਰ ਪਿੰਡ ਚ ਆਉਂਦੀ ਆ ਤੇ ਕੰਮ ਕਰਦੀ ਆ? ਹਾਂ ਬਾਈ ਬਹੁਤ ਵਧੀਆ। ਸਹੀ ਲੱਗਾ ਤੇਰਾ ਕੰਮ ਹੋ ਗਿਆ ਨਾ? ਹਾਂ ਬਾਈ, ਜਨਪੱਤਰੀ ਮੇਰੀ ਸਾਰੀ ਗਲਤ ਸੀ, ਨਵੀਂ ਦੂਰੀ ਯਾਰ ਬਣਾਈ ਆ ਮੈਂ, ਇੱਥੇ ਤੇਰਾ ਕੰਮ ਹੋ ਗਿਆ। ਹਾਂ ਬਾਈ ਚਲੋ, ਮਾਨ ਸਰਕਾਰ ਦਾ ਕਰਦਾ ਧੰਨਵਾਦ। ਹਾਂ ਬਾਈ ਬਹੁਤ ਬਹੁਤ ਧੰਨਵਾਦ, ਮਾਨ ਸਾਹਿਬ ਦਾ ਕਰਦਾ। ਠੀਕ ਹੈ ਜੀ, ਸਾਡੇ ਪਿੰਡ ਚ ਕੈਂਪ ਲਾਇਆ ਉਹਨਾਂ ਨੇ, ਹਾਂ ਤੇਰਾ 5-6 ਸਾਲਾਂ ਦਾ ਕੰਮ ਮਿਲਿਆ ਹੋਇਆ ਜੀ। ਠੀਕ ਹੈ ਠੀਕ ਹੈ, ਚਲੋ ਧੰਨਵਾਦ। ਓਕੇ। ਹਾਂਜੀ, ਅਤੇ ਹੁਣ ਤਹਿਸੀਲਦਾਰ ਸਾਹਿਬ ਪਹੁੰਚੇ ਨੇ ਅਤੇ ਦੇਖ ਰਹੇ ਨੇ ਕੰਮ ਕਾਰ ਵੀ ਕਿੱਦਾਂ ਚੱਲ ਰਿਹਾ ਅਤੇ ਇਹਨਾਂ ਦਾ ਵੀ ਬਹੁਤ ਬਹੁਤ ਧੰਨਵਾਦ। ਇੱਥੇ ਸਾਰੇ ਜਿੰਨੇ ਵੀ ਮੁਲਾਜ਼ਮ ਪਹੁੰਚੇ ਨੇ, ਅਫਸਰ ਪਹੁੰਚੇ ਨੇ, ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਹਾਂਜੀ, ਅਤੇ ਆਪਣੇ MLA ਸਾਹਿਬ ਵੀ ਪਹੁੰਚ ਚੁੱਕੇ ਨੇ, ਅੰਮ੍ਰਿਤਪਾਲ ਸਿੰਘ ਸੁਖਾਨੰਦ ਵੀ ਪਹੁੰਚ ਗਏ ਨੇ, ਦੇਖਣ ਕੈਂਪ 'ਚ ਕਿੱਦਾਂ ਦਾ ਕੰਮ ਚੱਲ ਰਿਹਾ ਅਤੇ ਪਿੰਡ ਵਾਸੀ ਮਿਲ ਰਹੇ ਨੇ ਅਤੇ ਧੰਨਵਾਦ ਇਹਨਾਂ ਦਾ ਇੱਥੇ ਪਹੁੰਚਣ ਲਈ ਬਹੁਤ ਬਹੁਤ। ਸਤਿ ਸ਼੍ਰੀ ਅਕਾਲ ਜੀ, ਸਤਿ ਸ਼੍ਰੀ ਅਕਾਲ, ਠੀਕ ਠਾਕ ਹੋ? ਸਤਿ ਸ਼੍ਰੀ ਅਕਾਲ, ਸਤਿ ਸ਼੍ਰੀ ਅਕਾਲ। ਮੈਂ ਤਾਂ ਅੱਜ ਹੈ ਮੈਂ ਪਹਿਲਾਂ ਕਹਿੰਦਾ ਸੀ, ਮੈਂ ਕਿਹਾ MLA ਸਾਹਿਬ ਨੇ ਵੇਖ ਕੇ ਆ ਜਾਣਾ ਮੈਨੂੰ ਲੱਗਦਾ, ਮੈਂ ਤਾਂ ਉੱਤੇ ਮੇਰਾ ਉਹ ਧਿਆਨ ਪਿਆ ਸੀ। ਠੀਕ ਹੈ ਨਹੀਂ, ਫਿਰ ਇਹ ਸਾਰੇ ਬੱਚਿਆਂ ਨੂੰ ਕਰਾਉਣੇ ਇੱਥੋਂ ਜਾਂਦੇ ਜਾਂਦੇ MLA ਸਾਹਿਬ ਇੱਧਰ ਆਪਣੇ ਗਰਾਊਂਡ 'ਚ ਆ ਗਏ ਨੇ ਜਿੱਥੇ ਆਪਣੇ ਗੱਤਕੇ ਦੀਆਂ ਕਲਾਸਾਂ ਲੱਗਦੀਆਂ ਨੇ ਅਤੇ ਨਿਗਾਹ ਪਈ, ਕਹਿੰਦੇ ਬੱਚਿਆਂ ਨੂੰ ਦੇਖ ਕੇ ਜਾਣਾ ਅਤੇ ਕਹਿੰਦੇ ਬਹੁਤ ਵਧੀਆ ਉਪਰਾਲਾ ਬਈ ਵੀਰਾਂ ਦਾ, ਕਮੇਟੀ ਵਾਲਿਆਂ ਦਾ। ਸਿੱਖਣਾ ਚਾਹੀਦਾ ਕਈ ਵਾਰ ਲੜਨਾ ਪੈ ਜਾਂਦਾ ਪਰ ਟਾਈਮ ਨਹੀਂ।